ਅੱਛਾ ਅਬਦ, ਕੀ ਕਦੋਂ ਹੋਈ ਤੇਰੀ ਸ਼ਾਦੀ ਔਰ ਲਵ ਮੈਰਿਜ ਸੀ? ਹਾਂਜੀ। ਪਿਆਰ ਕਰਦੇ ਸੀ ਤੁਸੀਂ? ਹਾਂਜੀ। ਅੱਛਾ, ਕਹਿੰਦੇ ਪਿਆਰ ਕਹਿੰਦੇ ਹੋਇਆ? ਜਾ ਰਹੀ ਸੀ ਆਪਣੇ ਮਸ਼ੀਰਾਂ ਨੂੰ ਮਿਲਣ, ਜਾ ਰਹੀ ਸੀ ਮੈਂ ਆਪਣੇ ਜਾਚਾਂ ਕੋਲ ਜਾ ਰਿਹਾ ਸੀ, ਰਸਤੇ ਹੀ ਮੁਲਾਕਾਤ ਹੋਈ ਤੇ ਪਹਿਲੀ ਮੁਲਾਕਾਤ ਚ ਪਿਆਰ ਹੋ ਗਿਆ, ਉੱਥੋਂ ਫਿਰ ਗੱਲਬਾਤ ਚੱਲਦੀ ਰਹੀ ਸਰ। ਅੱਛਾ, ਫਿਰ ਸ਼ਾਦੀ ਹੋ ਗਈ ਸੀ। ਅੱਛਾ, ਸ਼ਾਦੀ ਕਹਿੰਦੀ ਹੋਈ? ਸ਼ਾਦੀ ਅੱਛੇ ਜਿਸ ਤਰ੍ਹਾਂ ਜਾਣੇ ਦੇ ਰਿਸ਼ਤਾ ਭੇਜਿਆ ਆਮ ਆਦਮੀ ਜਾਣੇ ਕਿ ਜਿਵੇਂ ਕਰਦੇ ਨੇ ਅੱਛੇ ਤਰੀਕੇ ਨਾਲ, ਫਿਰ ਸ਼ਾਦੀ ਹੋ ਗਈ। ਸ਼ਾਦੀ ਹੋ ਗਈ, ਠੀਕ ਹੈ, ਫਿਰ ਰਹਿਣ ਲੱਗ ਗਏ ਹੱਸੀ ਖੁਸ਼ੀ? ਹੱਸੀ ਖੁਸ਼ੀ ਨੇ ਫਿਰ ਮੈਂ ਕਿਰਾਏ ਤੇ ਚਲਾ ਗਿਆ। ਅੱਛਾ, ਕੀ ਕਰਦਾ ਤੂੰ? ਮੈਂ ਮਿਹਨਤ ਮਜ਼ਦੂਰੀ ਕਰਦਾ। ਅੱਛਾ, ਮਿਹਨਤ ਮਜ਼ਦੂਰੀ ਕਰਨਾ ਤੇ ਉਸ ਤੋਂ ਬਾਅਦ ਉੱਥੋਂ ਗੁਜ਼ਾਰਾ ਨੇ, ਫਿਰ ਮੈਂ ਚਲਾ ਗਿਆ ਇੱਥੇ ਗੁਜਰਾਂ ਵਾਲੇ, ਗੁਜਰਾਂ ਵਾਲੇ ਮੈਂ ਦੇਗੀ ਢਲਾਈ ਦਾ ਕੰਮ ਕਰਦਾ ਰਿਹਾ। ਅੱਛਾ, ਬੀਵੀ ਕਿੱਥੇ ਛੱਡ ਕੇ ਗਿਆ? ਕਸੂਰੀ? ਨਹੀਂ, ਨਾਲ ਗੁਜਰਾਂ ਵਾਲੇ ਲੈ ਗਏ। ਹਾਂਜੀ, ਤੇ ਕਿੰਨੀ ਦੇਰ ਮੁਹੱਬਤ ਚੱਲੀ ਸ਼ਾਦੀ ਤੋਂ ਪਹਿਲੇ? ਕੋਈ ਤਕਰੀਬਨ ਚੱਲੀ 7-8 ਮਹੀਨੇ। ਅੱਛਾ, ਫਿਰ ਗੁਜਰਾਂ ਵਾਲੇ ਚਲਾ ਗਿਆ? ਹਾਂਜੀ, ਫਿਰ ਗੁਜਰਾਂ ਵਾਲੇ ਚਲਾ ਗਿਆ। ਉਧਾਰ ਮੰਗੇ ਉਹਨੇ? ਹਾਂਜੀ, ਉਧਾਰੇ ਤੇ ਮੈਂ ਕਿਹਾ ਯਾਰ ਮੇਰੇ ਕੋਲ ਨੀ ਹੈਗੇ ਪੈਸੇ, ਮੈਂ ਨੀ ਦਿੱਤੇ, ਉਹਨੇ ਲੈਣ ਦੀਏ। ਉਸ ਤੋਂ ਬਾਅਦ ਫੋਨ ਤੇ ਉਹਦਾ ਕਰਦਾ ਤੇ ਉਹਨੇ ਕਿਹਾ ਜੇ ਨੀ ਯੇ ਆ ਉਹ ਗੁਜਰਾਂ ਵਾਲੇ ਤੋਂ ਲੈ ਕੇ। ਹਾਂਜੀ। ਅੱਛਾ, ਫੇਰ ਤੇ ਸਰ ਜੀ ਉਹਨੇ ਨੀ ਫਿਰ ਭੇਜੀ, ਉਹਨੇ ਮਾਲਕ ਕਾਰਨ ਨੇ ਵੀ ਇੱਕ ਦੋ ਦਫ਼ਾ ਫੋਨ ਕੀਤਾ ਤੇ ਉਹਨੇ ਨੀ ਭੇਜੀ। ਅੱਛਾ, ਉਹਨਾਂ ਫਿਰ ਅੱਲਾ ਜਾਂਦਾ ਉਹਨੇ ਇੱਥੇ ਸ਼ਾਦੀ ਕਰਾਈ ਹੈ ਜਾਂ ਜੋ ਵੀ ਕਰਾਇਆ, ਇਸ ਚੀਜ਼ ਦਾ ਮੈਨੂੰ ਨਹੀਂ ਲਵਾਂ, ਜੇ ਨਾ ਉਹਨੇ ਤਲਾਕ ਲਈ ਹੈ, ਮੇਰੇ ਕੋਲ ਕੋਈ ਨੋਟਿਸ ਪਹੁੰਚਿਆ ਨਾ ਸਰ, ਮੈਨੂੰ ਕਿਤੇ ਤਲਬ ਕੀਤਾ ਗਿਆ। ਅੱਛਾ, ਤੈਨੂੰ ਨਹੀਂ ਪਤਾ ਇਸ ਚੀਜ਼ ਦਾ? ਮੈਨੂੰ ਨਹੀਂ ਲਵਾਂਗਾ, ਤਿੰਨ ਬੱਚੇ ਹੋਏ ਨੇ ਸਰ। ਉਹ ਗੁਜਰਾਂ ਵਾਲੇ ਚ ਹੋਏ? ਕਿੱਥੇ ਹੋਏ? ਇੱਕ ਹੋਇਆ ਉੱਥੇ ਗਾਉਂ ਹੀ। ਅੱਛਾ, ਤੇ ਦੂਜਾ ਹੋਇਆ ਇੱਥੇ ਲਾਹੌਰ। ਅੱਛਾ, ਮਤਲਬ ਹਸੀ ਖੁਸ਼ੀ ਜ਼ਿੰਦਗੀ ਚੱਲ ਰਹੀ ਸੀ। ਉਹ ਬੱਚੀ ਫੌਤ ਹੋ ਗਈ ਸੀ? ਇੱਕ ਬੱਚੀ? ਹਾਂਜੀ ਹਾਂ, ਤੇ ਫਿਰ ਬੱਚੀ ਪੈਦਾ ਹੋਈ। ਅੱਛਾ, ਉਹ ਦੋਵੇਂ ਬੱਚੇ ਮੇਰੇ ਕੋਲ। ਅੱਛਾ, ਉਹ ਬੱਚੇ ਉਹ ਗੁਜਰਾਂ ਵਾਲੇ ਤੋਂ ਕਿੰਨੇ ਸਾਲਾਂ ਬਾਅਦ ਲੈ ਕੇ ਗਿਆ ਸਾਂਡੂ? ਸਰ 1.5-2 ਸਾਲ ਹੋ ਗਏ ਨੇ ਇਸ ਗੱਲ ਨੂੰ ਲੈ ਕੇ। ਸ਼ਾਦੀ ਤੋਂ ਕਿੰਨੇ ਸਾਲਾਂ ਬਾਅਦ ਲੈ ਕੇ ਗਿਆ? 9 ਸਾਲ ਬਾਅਦ? 8 ਸਾਲ ਬਾਅਦ? ਹਾਂਜੀ, ਮਤਲਬ 8 ਸਾਲ ਬਾਅਦ ਉਹ ਲੈ ਗਿਆ। ਤੁਹਾਡੀ ਕੋਈ ਲੜਾਈ ਨੀ ਹੋਈ ਮੀਆਂ ਬੀਵੀ ਦੀ ਆਪਸ ਚ? ਕਦੀ ਮਾੜੀ ਮੋਟੀ ਹੋ ਵੀ ਜਾਂਦੀ ਸੀ? ਹੋ ਜਾਂਦੀ ਸੀ ਉਹ ਦੱਸਦੀ ਸੂਲਾਂ ਫਿਰ ਮਾੜੇ ਮੋਟੇ ਦੇ ਘਰਾਂ ਦੇ ਵਿੱਚ ਮਾਮਲਾ ਚੱਲਦੇ। ਉਹਦਾ ਬਾਲਕ ਕਹਿੰਦਾ ਮਾਰਦਾ ਪਿੱਟਦਾ ਵੀ ਸੀ ਤੂੰ? ਨਹੀਂ ਸਰ ਜੀ। ਨਸ਼ਾ ਵੀ ਕਰਨਾ ਤੂੰ? ਨਹੀਂ ਸਰ। ਅੱਛਾ, ਸਿਰਫ ਨਸਵਾਰ ਦਾ ਨਸ਼ਾ ਕਰਨਾ? ਸਿਰਫ ਨਸਵਾਰ? ਨਸਵਾਰ ਦਾ ਤੇ ਨਸ਼ਾ ਹੀ ਨਹੀਂ ਹੁੰਦਾ, ਬਾਕੀ ਇਹ ਜੋ ਮੈਂ ਕਰਨਾ ਉਹ ਮੈਂ ਤੁਹਾਨੂੰ ਦੱਸ। ਬਸ ਨਸਵਾਰ। ਅੱਛਾ, ਫਿਰ ਉਸ ਤੋਂ ਬਾਅਦ ਤੂੰ ਗੁਜਰਾਂ ਵਾਲੇ ਹੈਗਾ ਸੀ? ਗੁਜਰਾਂ ਵਾਲੇ ਤੂੰ ਵਾਪਸ ਆ ਗਿਆ ਆਪਣੇ ਘਰ? ਫਿਰ ਵਾਪਸ ਆ ਕੇ ਕੀ ਕੀਤਾ ਤੂੰ? ਫਿਰ ਵਾਪਸ ਆ ਕੇ ਮੈਂ ਦਿਹਾੜੀ ਮਿਹਨਤ ਕਰਦਾ। ਨਹੀਂ, ਤੂੰ ਇਹਨਾਂ ਦੇ ਘਰ ਨੀ ਗਿਆ ਕਿ ਆਪਣੇ ਸੁਸਰ ਨੂੰ ਨੀ ਕਿਹਾ ਕਿ ਮੇਰੀ ਬੀਵੀ ਨੂੰ ਵਾਪਸ ਭੇਜ? ਫੋਨ ਤੇ ਰਾਬਤਾ ਕੀਤਾ। ਅੱਛਾ, ਤੇ ਭਾਈ ਸਲੀਮ ਨੇ ਵੀ ਕਿਹਾ ਵੀ ਸ਼ਾਦ ਕੌਣ ਹੋਵੇ? ਮੈਂ ਯਾਰ ਤੁਸੀਂ ਉਹਨੂੰ ਕੁਛ ਸਮਝਾਓ, ਮਿਹਰਬਾਨੀ ਹੈ ਤੁਹਾਡੀ।
ਬਾਅਦ ਚ ਮੈਂ ਫੋਨ ਤੇ ਰਾਬਤਾ ਕਰਦਾ ਰਹਿੰਦਾ, ਮੈਨੂੰ ਗੱਲ ਨੀ ਬੋਲੀ ਦੇ ਫਿਰ। ਅੱਛਾ, ਮੈਂ ਵੀ ਫਿਰ ਰਾਬਤਾ ਛੱਡ ਦਿੱਤਾ ਬਾਅਦ। ਫਿਰ ਤੂੰ 17 ਤਰੀਕ ਨੂੰ ਆਇਆ, ਹੁਣ 17 ਤਰੀਕ ਤੇ ਆ ਜਦੋਂ ਇਹਨੂੰ ਮਿਲਣ ਆਇਆ ਤੂੰ ਬਲਕੀਰ? ਹਾਂ, ਦਰਬਾਰ ਤੇ ਮੈਂ ਵੀ ਆਇਆ ਤੇ ਦਰਬਾਰ ਤੇ। ਉਹ ਕੀ ਵਾਕਿਆ ਸਾਰਾ ਸੁਣਾ, ਤੇਰੀ ਫੋਨ ਦੇ ਉੱਤੇ ਕੀ ਗੱਲ ਹੋਈ ਪਹਿਲੇ? ਗੱਲ ਬਾਤ ਇਹੋ, ਹਾਲ ਚਾਲ ਕਿੱਥੇ ਆ ਗਏ ਜਾਂ ਕੀ ਕਰ ਰਹੇ? ਮੈਂ ਕਿਹਾ ਮੈਂ ਆ ਰਿਹਾ। ਅੱਛਾ, ਦਰਬਾਰ ਤੇ ਆ ਪਾ ਗਏ, ਇੱਥੇ ਵੀ ਦਰਬਾਰ ਤੇ ਗਏ ਚਲੀ। ਇੱਥੋਂ ਅਸੀਂ ਰਕਸ਼ੇ ਤੇ ਬੈਠੇ ਹਾਂ, ਸਕੀਮ ਮੋੜ ਗਿਆ ਚਲੇ। ਅੱਛਾ, ਉੱਥੋਂ ਬਾਅਦ ਟੈਕਸੀ ਵਾਲਾ ਆਇਆ, ਸਮਝਦੇ ਨਾਲ ਬੈਠਿਆ ਤੇ ਗਿਆ ਚਲੇ। ਨਹੀਂ ਤੇ ਉਹਨੂੰ ਕੀ ਕਹਿ ਕੇ ਲਿਜਾ ਰਹੇ ਹਾਂ ਤੂੰ ਨਾਲ, ਗਏ ਚਲੇ ਤੇ ਜਾਈ ਜਾ ਰਹੇ ਹੋ, ਉਹਨੂੰ ਕੀ ਕਹਿ ਰਹੇ ਹਾਂ, ਕਿੱਥੇ ਲਿਜਾ ਰਿਹਾ ਮੈਂ ਤੈਨੂੰ? ਉਹਨੇ ਪੁੱਛਿਆ ਕਿੱਥੇ, ਤੇ ਮੈਂ ਕਿਹਾ ਆ ਜਾਂਦੇ ਸ਼ਾਮ ਨੂੰ ਵਾਪਸ। ਹਾਂ, ਕਿਹਾ ਠੀਕ, ਉਹਨੇ ਕੋਈ ਗੱਲਬਾਤ ਨਹੀਂ ਕੀਤੀ, ਮੈਂ ਵੀ ਨਿਆਸ ਦੇ ਖੇਡਦੇ ਜਾ ਰਹੇ। ਅੱਛਾ, ਕੀ ਗੱਲਾਂ ਕਰਦੇ ਹੋ? ਜਾਣੀ ਕਿ ਜਿਵੇਂ ਸਾਡੀ ਕਦੀ ਲੜਾਈ ਹੋਈ ਗੋਨੀ ਦੀ। ਅੱਛਾ, ਇੰਜ ਦਾ ਮਾਹੌਲ ਹੋ ਗਿਆ। ਹਾਂਜੀ। ਅੱਛਾ, ਤੇ ਉਹਨੇ ਤਾਂ ਫਿਰ ਮੈਂ ਲਿਆਦਾ ਉਸ ਦਿਨ 17 ਤਰੀਕ ਨੂੰ ਪੁੱਛਿਆ ਕੋਈ ਸ਼ਾਦੀ ਸ਼ੁਦੀ ਤੂੰ ਕੀਤੀ ਹੈ ਤੇ ਤੂੰ ਮੈਨੂੰ ਦੱਸ ਦੇ। ਉਹਨੇ ਕਹਿੰਦੇ ਕੀ ਉਦੋਂ ਵੀ ਨਹੀਂ ਤੈਨੂੰ ਪਤਾ ਸੀ? ਉਹਨੇ ਕਹਿੰਦੇ ਕੀ? ਅੱਛਾ, ਬਸ ਠੀਕ ਹੈ। ਉੱਥੋਂ ਪੰਜ ਦਿਨਾਂ ਨਾਲ ਸਾਡੇ ਉਹ ਜਾ ਕੇ ਮੇਰੀ ਬੱਚੀ ਨਾਲ ਬੈਠੀ ਹੈ, ਇਹਦੀ 3 ਸਾਲ ਦੀ। ਉਹ ਕਿੱਥੇ ਰਹਿੰਦੀ? ਬੱਚੀਆਂ ਕਿੱਥੇ ਰਹਿੰਦੀਆਂ ਤੇਰੇ ਬੱਚੇ? ਭਾਜੀ ਜਿੱਥੇ ਮੈਂ ਦਿਹਾੜੀ ਮਿਹਨਤ ਕਰਦਾ ਉੱਥੇ ਰਹਿੰਦੇ ਸੀ, ਬਾਕੀ ਦਿਹਾੜੀ ਢੰਗ ਕਦੀ ਕਿਸੇ ਕੋਲ ਛੱਡ ਦੇਈਦਾ ਜੇ ਮੈਂ ਕਿਤੇ ਆਉਣਾ ਜਾਣਾ ਉਹਦੇ ਵੀ ਜਾਂ ਕਦੀ ਦਿਹਾੜੀ। ਅੱਛਾ, ਬੱਚੀ ਨੂੰ ਫਿਰ ਬਿਠਾਇਆ ਦੀਨਾ ਨਾਂ ਤੇ ਨਾਲ ਭਾਈ ਬੈਠਾ ਛੋਟਾ? ਅੱਛਾ, ਸਲੀਮ ਅਸਲਮ ਅਸਲਮ। ਅੱਛਾ, ਫਿਰ ਭਾਜੀ ਅਸੀਂ ਗਿਆ ਚੱਲੇ ਆਰਫ ਵਾਲੇ। ਅੱਛਾ, ਉੱਥੇ ਜਾਂ ਟੈਕਸੀ ਉਹਨੇ ਕਿਹਾ ਨਹੀਂ ਆਰਫ ਵਾਲੇ ਲੈ ਕੇ ਜਾ ਰਿਹਾ ਮੈਨੂੰ ਤੂੰ ਇੰਨੀ ਦੂਰ ਲੈ ਕੇ ਜਾ? ਪੁੱਛਿਆ ਤੁਹਾਨੂੰ ਮੈਂ, ਪੁੱਛਿਆ ਤੁਹਾਨੂੰ ਮੈਂ ਆਰਫ ਵਾਲੇ ਜਾਂਦਾ ਕਿ ਚੱਲ ਠੀਕ ਹੈ। ਅੱਛਾ, ਫਿਰ ਉੱਥੇ ਪਾ ਟੈਕਸੀ ਵਾਲੇ ਨੇ ਪਾਣੀ ਪੂਣੀ ਪੀਤਾ ਵਾਪਸ ਆ ਗਿਆ। ਤੇ ਰਾਤ ਨੂੰ ਅਸੀਂ ਮਾਰ ਦਿੱਤਾ। ਨਹੀਂ 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 ਟੈਕਸੀ ਵਾਲੇ ਨੂੰ ਪਾਣੀ ਪਿਲਾਇਆ? ਹਾਂਜੀ। ਤੇ ਉਹਨੂੰ ਵਾਪਸ ਭੇਜ ਦਿੱਤਾ? ਹਾਂ, ਵਾਪਸ। ਤੇ ਇਹਨੂੰ ਕਿੱਥੇ ਲੈ ਕੇ ਗਿਆ? ਹੁਣ ਮੈਥੋਂ ਸੁਣਾ ਸਾਰੀ ਗੱਲ। ਉੱਥੇ ਸਾਨੂੰ ਲਾ ਗਿਆ ਉੱਥੇ ਘਰ ਇੱਕ। ਕਿਹੜੇ ਘਰ? ਅਖਤਰ ਦੇ ਘਰ। ਅਖਤਰ ਦੋਸਤ ਹੈ ਤੇਰਾ? ਹਾਂਜੀ। ਅੱਛਾ, ਉਹਦੇ ਘਰ ਗਏ ਫਿਰ? ਉੱਥੇ ਉਹਨੂੰ ਖਾਣਾ ਸ਼ਾਣਾ ਪਕਵਾਇਆ, ਖਾਧਾ ਖਾਧਾ, ਇਹਨੂੰ ਵੀ ਖਿਲਾਇਆ? ਹਾਂਜੀ। ਅੱਛਾ, ਫਿਰ ਖਾਣਾ ਸ਼ਾਣਾ ਇੱਕੋ ਜਾਣੇ ਕੇ 4-5 ਦੇ ਬੈਠ ਕੇ ਖਾਂਦੇ। ਬੱਚੀ ਬੱਚੀ ਵੀ ਨਾਲ ਹੀ ਸੀ? ਹਾਂਜੀ। ਅੱਛਾ, ਮਾਸ਼ਾਅੱਲਾ, ਘਰੇਲੂ ਮਤਲਬ ਪੂਰਾ ਪਿਆਰ ਕੀਤਾ? ਹਾਂਜੀ। ਅੱਛਾ ਕੀਤਾ ਨਾ ਬੀਬੀ ਨੇ, ਇੰਜੀ ਕਰੀਦਾ। ਅੱਛਾ, ਫਿਰ? ਫਿਰ ਭਾਜੀ ਉੱਥੇ ਰਾਤ ਦਾ ਟਾਈਮ ਹੋਇਆ 7-8 ਦਾ। ਅੱਛਾ, ਚਾਹ ਦੇ ਵਿੱਚ ਉਹਨੇ ਗੋਲੀਆਂ ਲਿਆਂਦੀਆਂ ਨੇ ਕੋਲ ਕੇ। ਅੱਛਾ, ਅਖਤਰ ਨੇ ਪਹਿਲੇ ਤੋਂ ਪਲੈਨਿੰਗ ਕੀਤੀ ਸੀ ਤੁਸੀਂ? ਅੱਛਾ, ਕੀ ਪਲੈਨਿੰਗ ਕੀ ਕੀਤੀ ਸੀ? ਮੇਰਾ ਮਾਰਨਾ ਇੰਜੀ ਨੇ ਮੇਰੀ ਜ਼ਬਰਦਸਤੀ ਵਿਆਹ ਦੇ ਨਾਲ ਤੇ ਦਾ। ਤੇ ਨਾਲ ਤੇਰਾ ਭਰਾ ਸੀ ਅਸਲਮ? ਅੱਛਾ, ਫਿਰ ਗੋਲੀਆਂ ਲੈ ਕੇ ਆਇਆ? ਚਾਹ ਪੀਤੀ ਹੈ। 10-15 ਮਿੰਟਾਂ ਬਾਅਦ ਅਸੀਂ ਬਾਹਰ ਚਲੇ ਗਏ। ਅੱਛਾ, ਕੌਣ ਕੌਣ? ਮੈਂ ਤੇ ਅਖਤਰ ਸਨ, ਮੋਹਤ ਸਿੰਘ ਦੇ ਲਾ ਕੇ ਆਇਆ ਤੇ ਬਲਕੀਸ ਸਨ। ਬਲਕੀਸ ਨੂੰ? ਬਲਕੀਸ ਬੇਹੋਸ਼ ਹੋ ਗਈ? ਨਹੀਂ, ਅਜੇ ਗੱਲਬਾਤ ਸਹੀ ਕਰਦੀ। ਅੱਛਾ, ਮੋਟਰਸਾਈਕਲ ਤੇ ਬਾ ਲਿਆ ਫਿਰ? ਲਾ ਕੇ ਆਇਆ ਤੇ ਅਸੀਂ ਉੱਥੇ ਬੈਠ ਗਏ। ਤੇ ਸਿਗਰਟ ਇੱਕ ਪੀਤੀ ਸਨ। ਅੱਛਾ, ਸਿਗਰਟ ਪੀਂਦੀ ਸੀ? ਉਹ ਪੀਂਦੀ ਸੀ? ਹਾਂਜੀ। ਕਿਹੜਾ? ਸਾਦਾ? ਸਾਦਾ ਸਿਗਰਟ। ਅੱਛਾ, ਉਸ ਬਾਅਦ ਭਾਜੀ ਫਿਰ ਉਹ ਆ ਗਏ ਨੇ ਦੋਵੇਂ ਦੁਬਾਰਾ, ਗਲਾ ਦਬਾ ਕੇ ਮਾਰਿਆ ਤਿੰਨਾਂ ਨੇ ਮਿਲ ਕੇ। ਫਿਰ ਕੀ ਕੀਤਾ ਮਾਰਨ ਤੋਂ ਬਾਅਦ? ਫਿਰ ਭਾਜੀ ਦੇ ਨਾਲੀਆਂ ਦਾ ਬਾਜ਼ੂ ਬੰਨੇ ਨੇ। ਅੱਛਾ, ਨਹਿਰ ਚ ਸੁੱਟ ਦਿੱਤਾ। ਅੱਛਾ, ਕਿਉਂ ਕਤਲ ਕੀਤਾ? ਉਹ ਤੇ ਤੇਰੇ ਤੋਂ ਮਤਲਬ ਤੇਰੇ ਬਕੋਲ ਨਾਰਾਜ਼ ਹੋਈ ਸੀ ਤੇਰੇ ਤੋਂ, ਸ਼ਾਦੀ ਦਾ ਤੇ ਤੈਨੂੰ ਐਂਡ ਤੱਕ ਨਹੀਂ ਪਤਾ ਲੱਗਾ, ਫਿਰ ਕਿਹੜਾ ਗੁੱਸਾ ਸੀ ਜੇ ਉਹਨੂੰ ਤੂੰ ਕਤਲ ਕਰਤਾ? ਗੁੱਸਾ ਪਾਇਆ ਫਿਰ ਗੈਰਤ ਦੇ ਨਾਤੇ ਦੇ ਆ ਕੇ ਦਿੱਤੀ ਵੀ ਮੈਂ ਆਪਣੇ ਨਾਲ ਵੀ ਸਭ ਨਾਲ ਗਵਾਈ ਉਹਦੇ ਪਿੱਛੇ। ਤੇ ਉਸ ਵਜ੍ਹਾ ਤੋਂ ਇਹ ਤੇ ਪਤਾ ਹੀ ਨਹੀਂ ਸੀ ਕਿ ਸ਼ਾਦੀ ਹੈ, ਇਸ ਚੀਜ਼ ਦਾ ਨਹੀਂ ਸੀ ਮੈਨੂੰ ਇਲਮ। ਤੇ ਫਿਰ ਇਸ ਚੀਜ਼ ਦਾ
ਨਹੀਂ ਇਲਮ ਹੈਗਾ, ਜੇ ਇਲਮ ਹੁੰਦਾ ਤਾਂ ਮੈਂ ਕਦੇ ਨਹੀਂ ਸੀ। ਫਿਰ ਨਹੀਂ ਕਤਲ ਕਰਨਾ ਸੀ? ਫਿਰ ਨਹੀਂ ਕਰਨਾ ਸੀ। ਚੋਰਨ ਦਾ ਕੀ ਅਰਥ? ਚੋਰਨ ਨੇ ਸੀ ਤੂੰ ਆਪਣੀ ਜ਼ਿੰਦਗੀ ਬਸਰ ਕਰ ਰਹੀ ਹੈ, ਕਰ ਮੇਰੀ ਜਿੰਨ ਚੋਰੀ ਮਾਰਦਾ ਕਰ ਲਓ। ਅੱਛਾ, ਤੇਰੇ ਨਾਲ ਉਹ ਕਿੰਨੇ ਘੰਟੇ ਰਹੀ 17 ਤਰੀਕ ਨੂੰ ਜਦੋਂ ਤੂੰ ਸ਼ਾਮ ਨੂੰ ਇੱਥੋਂ ਲੈ ਕੇ ਕਿੱਥੇ ਕਿੱਥੇ ਫਿਰਿਆ? ਸਵੇਰ ਨੂੰ ਲਗਾਇਆ 9-10 ਵਜੇ। ਹਾਂ, ਤੇ ਕਤਲ ਕਿੰਨੇ ਵਜੇ ਕੀਤਾ? ਰਾਤ ਨੂੰ 7:30-8 7:30 ਵਜੇ। ਤੇ ਮੇਰੇ ਖਿਆਲ ਨਾਲ ਕੋਈ ਬਣ ਜਾਂਦੇ ਆ, ਕਾਫੀ ਘੰਟੇ ਬਣ ਜਾਂਦੇ, ਕੋਈ 8-9 ਘੰਟੇ ਬਣ ਜਾਂਦੇ। 8-9 ਘੰਟੇ ਚ ਉਹਦੇ ਬੰਦੇ ਨੇ ਉਹਨੂੰ ਫੋਨ ਨਹੀਂ ਕੀਤਾ? ਨਹੀਂ ਬਾਜੀ, ਕਿਤੇ ਫੋਨ ਹੀ ਨਹੀਂ ਆਇਆ ਉਹਨੂੰ ਕੋਈ। ਇੱਕ ਹੋਰ ਨੰਬਰ ਤੋਂ ਫੋਨ ਆਉਂਦਾ ਰਿਹਾ। ਤੂੰ ਪੁੱਛਿਆ ਨਹੀਂ ਕਿਹਦਾ ਨੰਬਰ? ਮੈਂ ਪੁੱਛਿਆ ਤਾਂ ਇਹ ਕਿਸੇ ਕੰਮ ਵਾਲਿਆਂ ਦਾ। ਅੱਛਾ, ਮੈਂ ਗੱਲ ਕੀਤੀ, ਫੋਨ ਨਹੀਂ ਉਹਨੇ ਸੁਣਿਆ। ਅੱਛਾ, ਤੁਸੀਂ ਫਿਰ ਉਹਦੇ ਹੱਥ ਪੈਰ ਬੰਦੇ ਤੇ ਉਹਨੂੰ ਨਹਿਰ 'ਚ ਸੁੱਟਤਾ? ਫਿਰ ਕੀ ਕੀਤਾ ਉਸ ਤੋਂ ਬਾਅਦ? ਉਹਨੇ ਤਲਕੇ ਜਿਹੇ ਫਿਰ ਪਾ ਜਾਂਦੇ ਗਲੇ ਦੇ, ਛੁਰੀ ਫੇਰੀ ਸਬਜ਼ੀ ਬਣਾਉਣ ਵਾਲੇ। ਤੂੰ ਫੇਰੀ? ਮੈਂ ਫੇਰੀ। ਅੱਛਾ, ਫਿਰ? ਫਿਰ ਭਾਜੀ ਉੱਥੇ ਨਹਿਰ 'ਚ ਸੁੱਟ ਕੇ ਅਤੇ ਵਾਪਸੀ ਆ ਗਏ। ਫਿਰ ਬੱਚੀ ਕਿੱਥੇ ਸੀ? ਅਖਤਰ ਦੇ ਘਰ ਸੁੱਤੀ ਸੀ। ਅੱਛਾ, ਉੱਥੋਂ ਦੇ ਘਰ ਫਿਰ ਵਾਪਸੀ ਗਏ, ਬੱਚੀ ਚੁੱਕੀ ਹੈ ਅਤੇ ਉੱਥੋਂ ਭਾਜੀ ਵਾਪਸੀ, ਅਖਤਰ ਸਾਨੂੰ ਗੱਡੀ ਦੇ ਬਾਹਰ ਗਿਆ ਅਤੇ ਅਸੀਂ ਵਾਪਸੀ ਆ ਗਏ। ਅਤੇ ਅਗਲੇ ਦਿਨ ਕੀ ਕੀਤਾ? ਅਗਲੇ ਦਿਨ ਫਿਰ ਭਾਜੀ ਬੇਚੈਨੀ ਹੀ ਰਹੀ ਹੈ। ਬੇਚੈਨੀ ਰਹੀ? ਕੀ ਬੇਚੈਨੀ? ਕੀ? ਮੈਂ ਬਹੁਤ ਗਲਤ ਕਰ ਬੈਠਾ। ਗਲਤ ਕਰ ਬੈਠਾ? ਅੱਛਾ, ਅਹਿਸਾਸ ਹੋਇਆ ਹਲਕਾ ਜਿਹਾ? ਉਹ ਉਸ ਦਿਨ ਨਹੀਂ ਹੋਇਆ, ਉਸ ਦਿਨ ਤਾਂ ਮਤਲਬ ਜਦੋਂ ਮਾਰ ਲਿਆ ਤੇ ਇਹਨਾਂ ਨੇ ਆਪਸ ਚ, ਤਿੰਨਾਂ ਨੇ ਫਿਰ ਆਪਸ ਚ ਕਿਹਾ ਕਿ ਪਲਾਨ ਜਿਹੜਾ ਗੁੱਡ ਹੋ ਗਿਆ। ਸੋਚਿਆ ਕੀ ਹੋਇਆ ਸੀ ਅੱਗੇ ਕੀ ਕਰਨਾ? ਸੋਚਿਆ, ਮੈਂ ਤਾਂ ਅਖਤਰ ਨੇ ਬਾਜ ਪਹਿਲੇ ਸੋਚਿਆ ਸੀ। ਅਖਤਰ ਨੇ ਤੇਰੇ ਨਾਲ ਕੰਜ ਸ਼ਾਮਲ ਹੋਇਆ ਪਲਾਨ? ਬਾਜ ਇਕੱਠੇ ਕੰਮ ਕਰਮ ਉਹਨੂੰ ਮੈਂ ਦੱਸਿਆ ਯਾਰ ਕੰਮ ਤੇ ਨਾ ਕਿ ਲੈ ਮੈਂ ਮਾਰ ਲਾਂਗਾ। ਉਹਨੇ ਕਿਹਾ ਕੋਈ ਗੱਲ ਨਹੀਂ ਮਾਰ ਲਾਂਗੇ। ਅਖਤਰ ਨੇ ਪਹਿਲੇ ਵੀ ਕਿਸੇ ਨੂੰ ਮਾਰਿਆ ਕਦੀ? ਉਹਦੇ ਤਾਂ ਪਹਿਲੇ ਵੀ 300 ਦਾ ਪਰਚਾ ਹੈ ਗਿਆ ਪਰਚਾ। ਅੱਛਾ, ਉਹਨੇ ਤੈਨੂੰ ਹੌਸਲਾ ਦਿੱਤਾ? ਹਾਂਜੀ, ਦੋ ਤਿੰਨਾਂ ਦਿਨਾਂ ਬਾਅਦ ਮੈਂ ਪਤਾ ਲੱਗਾ ਪਰਚਾ ਇੰਜੋਇਆ ਉਹ ਫੜੀਚੇ ਨੇ, ਫਿਰ ਮੈਂ ਪਾਜ ਨੱਸਿਆ ਰਿਹਾ। ਕੌਣ ਫੜੀਚੇ ਨੇ? ਮੈਂ ਰਾਬੂ ਦੇ ਪਾਜ। ਉਹ ਕਿੰਨੇ ਫੜੀਚੇ ਸੀ? ਉਹ ਵੀ ਇੱਥੇ ਵੈਸੇ ਰੋਲੇ ਜੇ ਫੜੀਚੇ ਨੇ। ਅੱਛਾ, ਫਿਰ ਤੂੰ ਭੱਜ ਗਿਆ ਕਿੱਥੇ? ਮੈਂ ਪਾਜ ਸਾਹਿਵਾਲ ਵੀ ਜਿੱਥੇ ਜਾਣ ਗਏ ਦੂਰ ਦੂਰ। ਅੱਛਾ, ਫਿਰ ਫੜਿਆ ਕਹਿੰਦੇ ਗਏ? ਫਿਰ ਪਾਜ ਮੈਂ ਬੇਲ ਕਰਾਈ ਸੀ ਕੱਚੀ। ਅੱਛਾ, ਇੰਟਰਮ ਕਰਾਈ? ਹਾਂਜੀ, ਤੇ ਉੱਥੋਂ ਸਾਹਿਬ ਨੇ ਕਿਹਾ ਸੀ ਵੀ ਤੂੰ ਆਪਣੀ ਬੇਲ ਵਾਪਸ ਲੈ ਲਾ, ਤੈਨੂੰ ਖੁਦ ਤੇਰਾ ਸੋਚ ਲਿਆ। ਬੇਲ ਵਾਪਸ ਲਈ ਤੇ ਫਿਰ ਸਾਹਿਬ ਨੇ ਕਿਹਾ ਸੀ ਉਹਨੂੰ ਗ੍ਰਿਫਤਾਰੀ ਕਰੋ, ਇਹਦੇ ਤੇ ਸ਼ੱਕ ਹੈ, ਤੈਨੂੰ ਚੈੱਕ ਕਰੋ। ਠੀਕ ਹੈ, ਤੁਬਲਕੀਸ ਨੂੰ ਕਤਲ ਕਰਤਾ? ਹਾਂਜੀ, ਲਾਸ਼ ਵੀ ਲੱਭ ਗਈ, ਫੜਿਆ ਵੀ ਗਿਆ। ਹਾਂਜੀ, ਤੈਨੂੰ ਬੇਚੈਨੀ ਵੀ ਥੋੜ੍ਹੀ ਜਿਹੀ ਅਗਲੇ ਦਿਨ ਹੋਈ? ਮਤਲਬ ਉਸ ਤੋਂ ਬਾਅਦ ਤੂੰ ਆਪਣੇ ਭਰਾ ਨੂੰ ਵੀ ਇਸ ਕਤਲ ਚੋਂ ਇਸਤੇਮਾਲ ਕੀਤਾ? ਕੀ ਵਜੂਹਾਤ ਕੀ ਸੀ ਅਸਲ ਦੇ ਵਿੱਚ ਕਤਲ ਕਰਨ ਦੀ? ਗੈਰਤ, ਕਿਸ ਕਿਸਮ ਦੀ ਗੈਰਤ? ਕੀ ਉਹਨੂੰ ਕਿਸੇ ਗੈਰ ਮਰਦਾਂ ਨਾਲ ਵੇਖਿਆ ਸੀ? ਕੀ ਗੈਰਤ ਕੀ ਸੀ? ਇੱਕ ਦੋ ਦਫ਼ਾ ਪਹਿਲਾਂ ਵੀ ਇੰਜ ਦੀ ਹਰਕਤ ਵੇਖੀ ਨਾ, ਕੀ ਫੋਨ ਕਰਦੇ ਸੀ ਮੇਰਾ ਬਹਾਨਾ ਬਣਾ ਕੇ ਮਾਲਕ ਮਕਾਨਾਂ ਤੋਂ ਹੇਠਾਂ। ਕਿਹਨੂੰ ਫੋਨ ਕਰਦੀ ਸੀ? ਪਤਾ ਨਹੀਂ ਗਿਆਨ ਸੀ ਤਾਂ ਕਿਹਨੂੰ ਕਰਦੇ ਸੀ ਫੋਨ, ਕਿਹਨ ਕਰਦੀ ਸੀ ਵੀ ਫੋਨ ਹੋਰ ਕਿਤੇ ਇਸਤੇਮਾਲ ਕਰਦੇ ਸੀ ਹੋਰ ਕਿਸੇ ਨੂੰ ਕਰਦੇ ਸੀ। ਠੀਕ ਹੈ, ਕਦੀ ਤੂੰ ਮੌਕੇ 'ਤੇ ਫੜਿਆ ਕਿਸੇ ਬੰਦੇ ਦੇ ਨਾਲ ਉਹਨੇ? ਨਹੀਂ ਫੜਿਆ। ਠੀਕ ਹੈ, ਫਿਰ ਕੋਈ ਕਿਸੇ ਨੇ ਵੀਡੀਓ ਬਣਾ ਕੇ ਭੇਜੀ ਉਹਦੇ ਨਾਲ ਫਿਰਨ ਦੀ ਜਾਂ ਕੁਛ ਹਰਕਤ ਦੀ, ਗਲਤ ਹਰਕਤ ਦੀ? ਕਿਸੇ ਕਦੀ ਨਹੀਂ। ਫਿਰ ਕਿਹੜੀ ਗੈਰਤ?
ਬੰਦੇ ਤਾਂ ਨੀ ਬਾਹਰ ਗੁਜ਼ਾਰਾ ਹੁੰਦਾ ਭੁੱਖ ਦੇ ਵਿੱਚ ਬੀਵੀ ਇੱਜ਼ਤ ਔਰਤ ਨੂੰ ਵੈਸੇ ਕੁੱਟਣਾ ਚਾਹੀਦਾ ਮਾਰਨਾ ਚਾਹੀਦਾ ਨਹੀਂ ਤੇ ਤੂੰ ਤੇ ਮਾਰਦਾ ਰਿਹਾ ਨਹੀਂ ਪਹਿਲੇ ਤੂੰ ਹੁਣ ਉਹਨਾਂ ਦਾ ਕੀ ਬਣੇਗਾ ਅੱਛਾ ਇਹ ਜਦੋਂ ਤੁਸੀਂ ਕਤਲ ਦੀ ਪਲੈਨਿੰਗ ਕਰ ਰਹੇ ਸੀ ਅਸਲਮ ਤੂੰ ਤੇ ਅਖਤਰ ਕੀ ਪਲੈਨਿੰਗ ਕਿੰਨੇ ਦਿਨ ਪਹਿਲੇ ਕੀਤੀ ਮੈਂ ਤੇ ਅਖਤਰ ਕਰਤਾ ਕਿੰਨੇ ਦਿਨ ਪਹਿਲੇ ਕੀਤੀ ਸੀ ਕਾਫੀ ਦੇਰ ਪਹਿਲੇ ਹੁੰਦੀ ਰਹੀ ਫਿਰ ਵੀ ਕਿੰਨੇ ਕੁ ਦਿਨ ਮਹੀਨਾ ਦੋ ਮਹੀਨੇ ਅੱਛਾ ਫਿਰ ਉਹਨੂੰ ਵਰਗਲਾਇਆ ਕਹਿੰਦੇ ਬੁਲਾਇਆ ਕਹਿੰਦੇ ਮੌਕੇ ਦੇ ਉੱਤੇ ਬੱਚੀ ਦਾ ਲਾਲਚ ਦੇ ਕੇ ਬੱਚੀ ਮਿਲਾਨਾ ਫੋਨ ਤੇ ਭਾਜੀ ਉਹ ਹੁੰਦੀ ਨਹੀਂ ਹੁੰਦੀ ਸੀ ਗੱਲਬਾਤ ਯਾਦ ਆਉਂਦੀ ਤੈਨੂੰ ਕਿ ਤੇਰੀ ਬੀਵੀ ਸੀ ਕਤਲ ਕਰਤੀ ਤੂੰ ਬੱਚਿਆਂ ਦੀ ਮਾਂ ਸੀ ਬਹੁਤ ਟੈਨਸ਼ਨ ਲੱਗੀ ਤੇ ਗੱਲੇ ਤੇ ਛੁਰੀ ਵੀ ਫੇਰੀ ਦੇ ਬੱਕਰੇ ਤੇ ਫੇਰੀ ਦੀ ਸਬਜ਼ੀ ਬਣਾਉਣ ਵਾਲੀ ਉਹ ਖੂਨ ਨਿਕਲਿਆ ਸੀ ਬੱਚਿਆਂ ਨੂੰ ਹੁਣ ਪਤਾ ਲੱਗੇਗਾ ਕਿ ਸਾਡੇ ਜਵਾਨ ਹੋਣਗੇ ਮਾਸ਼ਾਅੱਲਾ ਕਹਿਣਗੇ ਸਾਡੇ ਅੱਬੂ ਐਡੇ ਵੱਡੇ ਆਦਮੀ ਹੈ ਉਹਨਾਂ ਨੇ ਸਾਡੀ ਅੰਮੀ ਨੂੰ ਕਤਲ ਕੀਤਾ ਉਹ ਤੈਨੂੰ ਕਤਲ ਕਰਨਗੇ ਹਾਂ ਵੈਰੀ ਗੁੱਡ ਵੈਰੀ ਗੁੱਡ ਪਹਿਲੇ ਨੀ ਤੈਨੂੰ ਸਮਝ ਆਈ ਪਹਿਲੇ ਨਹੀਂ ਆਈ ਸਮਝ ਵੀ ਨਹੀਂ ਆਈ ਹੁਣ ਸ਼ਰਮ ਆਈ ਸ਼ਰਮ ਆ ਰਹੀ ਕੀ ਸਜ਼ਾ ਹੋਣੀ ਚਾਹੀਦੀ ਤੈਨੂੰ ਕੀ ਹੋਣੀ ਚਾਹੀਦੀ ਹੈ ਦੱਸ ਤੇਰੀ ਸਜ਼ਾ ਕੀ ਬਣਦੀ ਮੈਂ ਕੁਛ ਕਹਿ ਨਹੀਂ ਸਕਦਾ ਸਾਰਾ ਨਹੀਂ ਕਿਉਂ ਨਹੀਂ ਕਹਿ ਸਕਦਾ ਤੂੰ ਕਤਲ ਕਰ ਸਕਦਾ ਤੂੰ ਬੱਚੇ ਲੈ ਸਕਦਾ ਤੂੰ ਛੁਰੀ ਫੇਰ ਸਕਦਾ ਇੱਟਾਂ ਬਣ ਸਕਦਾ ਲਾਸ਼ ਨੂੰ ਪੂਰਾ ਪਲੈਨਿੰਗ ਦੇ ਸਕਦਾ ਆਪਣੇ ਭਰਾ ਨੂੰ ਵੀ ਕਤਲ ਦੇ ਵਿੱਚ ਸ਼ਾਮਿਲ ਕਰ ਸਕਦਾ ਆਪਣੇ ਇੱਕ ਦੋਸਤ ਨੂੰ ਜਿਹੜਾ ਪਹਿਲੇ ਵੀ ਕਤਲ ਕਰ ਚੁੱਕਿਆ ਉਹਨੂੰ ਵੀ ਤੂੰ ਮਿਲਾ ਸਕਦਾ ਇੰਨਾ ਕੁਛ ਤੇ ਤੂੰ ਕਰ ਸਕਦਾ ਤੇ ਇਹ ਕਿਉਂ ਨਹੀਂ ਤੂੰ ਕਹਿ ਸਕਦਾ ਕਿ ਤੈਨੂੰ ਕੀ ਹੋਣਾ ਚਾਹੀਦਾ ਸਜ਼ਾ ਮੈਂ ਆਪਣੇ ਆਪ ਚੁਣ ਮਰਿਆ ਪਿਆ ਅੱਛਾ ਮਰਿਆ ਪਿਆ ਜੋ ਸਜ਼ਾ ਹੋਏਗੀ ਕਬੂਲ ਹੈ ਕਤਲ ਦੀ ਸਜ਼ਾ ਕੀ ਹੁੰਦੀ ਵੈਸੇ ਕਤਲ ਦੀ ਸਜ਼ਾ ਕਤਲ ਹੀ ਫਾਂਸੀ ਫਾਂਸੀ ਹੁੰਦੀ ਫਾਂਸੀ ਹੋਣੀ ਚਾਹੀਦੀ ਇਧਰ ਸਾਡੇ ਬਾਹਰ ਲੈ ਕੇ ਅਸੀਂ ਅੱਗੋਂ ਵੇਖੋ ਬੰਦ ਹੈ ਲੈ ਕੇ ਸਹੀ